ਹਜ਼ੂਰ ਆਲਾ ਚੰਨ ਜਾਗਵਤ ਸ਼੍ਰੀ ਫਰਮਾ ਰਹੇ ਹੈ। ਸਿਰੜਤੀ ਮੇਰਾ ਕਿ ਮੈਂ ਆਹ ਲਾਈਨ ਦੇ ਵਿੱਚ ਜੇ ਹੀਰੋ ਨਹੀਂ ਬਣ ਸਕੂੰਗਾ ਤਾਂ ਹੀਰੋ ਦਾ ਬਾਪ ਜ਼ਰੂਰ ਬਣੂੰਗਾ। ਮੈਨੂੰ ਨਾ ਕੋਲ ਬੈਠੇ ਨਾ ਇਹੀ ਥੋੜਾ ਦਿਲ ਕਰ ਰਿਹਾ ਕਿ ਸੁਣਨੇ ਦਾ ਭੜਕ ਮਾਰ ਕੇ ਮੈਨੂੰ ਬੁਲਾ ਕੇ ਦਿਖਾਇਓ ਕਿੱਦੋਂ। ਤੂੰ ਮੇਰੇ ਕੋਲ ਬੈਠਣਾ ਕਿ ਨਹੀਂ ਬੈਠਣਾ? ਹੈ ਬੈਠੇਗਾ ਫਿਰ ਐਵੇਂ ਹੱਸਣਾ ਬੰਦ ਕਰ ਦੇਗਾ ਫਿਰ ਜ਼ਿਆਦਾ ਗੋਰਿਆ ਤਾਂ ਬੰਦਾ ਦੋ ਕੁ ਮਿੰਟ ਵਾਸਤੇ ਡਰ ਹੀ ਜਾਵੇ ਸੱਚੀ ਜਿਵੇਂ ਹੁਣ ਮੈਂ ਡਰ ਗਿਆ ਸੀ। ਕਹਿੰਦੇ ਨੇ ਕਹਿੰਦੇ ਬਜ਼ੁਰਗਾਂ ਕੋਲ ਨਾ ਬਹਿਣਾ ਚਾਹੀਦਾ। ਬਿਲਕੁਲ ਸੋਭਤ ਬਹੁਤ ਅਸਰ ਛੱਡਦੀ ਹੈ। ਲਾਇਬ੍ਰੇਰੀਆਂ ਦੇ ਵਿੱਚ ਵੀ ਉਹਨਾਂ ਕੁਛ ਨਹੀਂ ਹੁੰਦਾ ਜੇ ਨਾ ਬਜ਼ੁਰਗ ਅੰਦਰ ਲਈ ਬੈਠੇ ਹੁੰਦੇ ਨੇ। ਉਹਨਾਂ ਦੀ ਸੋਭਤ ਬਹੁਤ ਕੁਛ ਸਿਖਾਉਂਦੀ ਹੈ। ਪਿਓ ਬਹੁਤ ਵੱਡਾ ਗੁਰੂ ਹੁੰਦਾ, ਗੁਰੂ ਪਿਓਾਂ ਵਰਗੇ ਹੁੰਦੇ ਆ। ਅਤੇ ਜੇ ਤੁਹਾਨੂੰ ਫਾਦਰਲੀ ਰਿਸਪੈਕਟ ਗੁਰੂ ਨੂੰ ਨਹੀਂ ਦੇਣੀ ਉਹਦੀ, ਜੇ ਬਾਪ ਕੰਨ ਖਿੱਚਦਾ ਤਾਂ ਗੁਰੂ ਨੂੰ ਵੀ ਪੂਰਾ ਅਧਿਕਾਰ ਹੁੰਦਾ ਕੰਨ ਖਿੱਚਣ ਦਾ ਤੁਹਾਡੇ ਛਿੱਤਰ ਫੇਰਨ ਦਾ। ਵੀ ਤੁਹਾਨੂੰ ਲੱਗਦਾ ਕਿ ਜਿਹੜੇ ਅੱਜ ਦੇ ਕਲਾਕਾਰ ਨੇ ਉਹ ਤੁਹਾਨੂੰ ਸਮਝ ਪਾਉਂਦੇ ਨੇ ਜਾਂ ਜਿੱਦਾਂ ਦਾ ਸਤਿਕਾਰ ਤੁਸੀਂ ਡਿਜ਼ਰਵ ਕਰਦੇ ਹੋ, ਭਾਵੇਂ ਸਤਿਕਾਰ ਪੈਸੇ ਪੱਖੋਂ ਲੈ ਕੇ ਹੋਵੇ ਭਾਵੇਂ ਸਤਿਕਾਰ ਕੰਮ ਪੱਖੋਂ ਲੈ ਕੇ ਹੋਵੇ? ਮੇਰਾ ਪੈਸੇ ਪੱਖੋਂ ਨਹੀਂ ਹੋਇਆ। ਮੈਨੂੰ ਅੱਜ ਮੇਰੇ ਹਾਣੀ ਚਿੱਟੀਆਂ ਦਾੜੀਆਂ ਵਾਲੇ ਜਾਂ ਮੇਰੇ ਨੂੰ ਸਾਲ ਦੋ ਸਾਲ ਵੱਡੇ ਬੰਦੇ ਵੀ ਕਿਰਪਾ ਉੱਪਰ ਵਾਲੇ ਦੀ ਗੋਡੀ ਹੱਥ ਲਾਉਂਦੇ ਆ। ਸੋ ਸੁੱਖ ਨਾਲ ਜੀ, ਸੁੱਖ ਨਾਲ ਲੇਕ 'ਤੇ ਬੈਠੇ ਹਾਂ ਅਤੇ ਸਾਡੇ ਨਾਲ ਸਰ ਤੋਂ ਸਾਹਿਲ ਦੇ ਨਾਲ ਸਰ ਤੋਂ ਸਰਦਾਰ ਸੋਹੀ ਜੀ ਮੌਜੂਦ ਨੇ। ਕੀ ਹਾਲ ਚਾਲ ਨੇ? ਹਾਲ ਦੇਖੋ ਤੁਸੀਂ, ਚਾਲ ਤਾਂ ਬਹੁਤ ਵਧੀਆ ਲੱਗਦੀ ਮੈਨੂੰ ਇਸ ਵੇਲੇ। ਹਾਂ ਝੂਲ 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 ਕੇ ਤੁਰਨਾ। ਹਾਲ ਵੀ ਕਮਾਲ ਨੇ, ਹਾਲ ਵੀ ਕਮਾਲ ਨੇ। ਸੋਹੀ ਸਾਹਿਬ ਸੁੱਖ ਨਾਲ ਲੇਕ ਬੈਠੇ ਹਾਂ। ਮੇਰਾ ਪਹਿਲਾ ਸਵਾਲ ਇਹੀ ਆਇਆ, ਮੈਂ ਕਿਹਾ ਬੰਦੇ ਨਾ ਜ਼ਿੰਦਗੀ 'ਚ ਨਾ ਕਈ ਵਾਰ ਤਾਂ ਬੰਦੇ ਜ਼ਿੰਦਗੀ 'ਚ ਸੁੱਖ ਅਤੇ ਸ਼ਾਂਤੀ ਸਬਰ ਬੜਾ ਘੱਟ ਹੁੰਦਾ ਆ। ਤੁਹਾਡੀ ਜ਼ਿੰਦਗੀ 'ਚ ਇਹ ਚੀਜ਼ਾਂ ਤਿੰਨੋਂ ਚੀਜ਼ਾਂ ਹੈਗੀਆਂ ਨੇ? ਇਸ ਵੇਲੇ ਤਾਂ ਹੈਗੀਆਂ, ਸੁੱਖ ਸ਼ਾਂਤੀ ਸਬਰ। ਸਬਰ ਸਬਰ ਤਾਂ ਮੈਂ ਪਹਿਲਾਂ ਤੋਂ ਸਬਰ ਪਾਲਿਆ ਸੀ ਅੰਦਰ ਤਾਂ ਇੱਥੇ ਤੱਕ ਪਹੁੰਚ ਗਿਆ। ਅਦਰਵਾਈਜ਼ ਬੰਦੇ ਜਦੋਂ ਇਹ ਲੱਗਣ ਲੱਗ ਜਾਂਦਾ ਨਾ ਕਿ ਮੰਜ਼ਿਲ ਹਾਸਿਲ ਹੋਊ ਪਤਾ ਨਹੀਂ ਹੋ, ਉਸ ਵੇਲੇ ਸਬਰ ਸੰਤੋਖ ਰੱਖਣਾ ਬਹੁਤ ਜ਼ਰੂਰੀ ਹੈ, ਅਤਿ ਜ਼ਰੂਰੀ ਹੈ। ਕਿਉਂਕਿ ਤੁਹਾਨੂੰ ਮੰਜ਼ਿਲ ਦਿਖਾਈ ਦੇ ਰਹੀ ਹੈ, ਉਹ ਜੋ ਦੂਰੋਂ ਦਿਖਾਈ ਦਿੰਦੀ ਹੈ ਉਹ ਕਈ ਵਾਰੀ ਉੱਚਾਈ ਹੁੰਦੀ ਹੈ, ਕਈ ਵਾਰੀ ਉਹ ਫੈਲਾਓ ਬਹੁਤ ਹੁੰਦਾ, ਉਹ ਨੇੜੇ ਜਿਹੇ ਲੱਗਦੀ ਹੁੰਦੀ ਹੈ। ਜਿਸ ਤਰ੍ਹਾਂ ਸਾਨੂੰ ਪਹਾੜ ਦਿਸਦਾ, ਆਹ ਇਹ ਪਹਾੜ, ਜਦੋਂ ਅਸੀਂ ਪਹਾੜ 'ਤੇ ਪਹੁੰਚਣਾ ਹੁੰਦਾ ਉਹ ਤਾਂ ਰਸਤਾ ਬੜਾ ਵਲੇਵਿਆਂ ਵਾਲਾ ਹੁੰਦਾ, ਉਹ ਕਿੰਨੇ ਕਿਲੋਮੀਟਰ ਨਿਕਲ ਆਉਂਦਾ। ਇਸੇ ਤਰ੍ਹਾਂ ਮੇਰੇ ਨਾਲ ਹੋਇਆ, ਫਿਲਮਾਂ ਦੇਖਣੀਆਂ ਸ਼ੁਰੂ ਕੀਤੀਆਂ, ਲੱਗਿਆ ਕਿ ਇਹ ਕੰਮ ਮੈਂ ਕਰ ਸਕਦਾ। ਵਾਹ! ਉਹ ਕਰ ਸਕਦਾ ਦਾ ਜਿਹੜਾ ਅੰਦਰ ਕੌਨਫੀਡੈਂਸ ਸੀ ਉਹ ਬੜਾ ਪ੍ਰਬਲ ਸੀ ਮੇਰੇ ਅੰਦਰ। ਸੁਪਨਾ ਹਰ ਬੰਦਾ ਲੈਂਦਾ, ਯੂਥ ਜਿਹੜੀ ਸੁਪਨਿਆਂ ਦੇ ਮੁਹਤਾਜ ਹੋ ਜਾਂਦੀ ਹੈ, ਸੁਪਨੇ ਦੇਖਦੀ ਹੈ ਫਿਰ ਉਹਨਾਂ ਨੂੰ ਪੂਰੇ ਕਰਨ ਦੇ ਟਾਵੇਂ ਟਾਵੇਂ ਬੰਦੇ ਜਦੋਂ ਜਾਇਦ ਕਰਦੇ ਨੇ, ਉਹਨਾਂ 'ਚੋਂ ਮੈਂ ਵੀ ਹਾਂ। ਮੈਂ ਜੱਟਾਂ ਦਾ ਪੁੱਤਾਂ, ਇੱਕ ਲਫ਼ਜ਼ ਕਹਿ ਲਓ ਜ਼ਿੱਦ, ਜ਼ਿੱਦੀ ਜ਼ਿੱਦੀ ਬੰਦੇ ਨੂੰ ਸਿਰੜ ਕਹਿ ਲਓ, ਸਿਰੜੀ ਸਿਰੜ ਸੀ ਮੇਰਾ ਕਿ ਮੈਂ ਆਹ ਲਾਈਨ ਦੇ ਵਿੱਚ ਜੇ ਹੀਰੋ ਨਹੀਂ ਬਣ ਸਕੂੰਗਾ ਤਾਂ ਹੀਰੋ ਦਾ ਬਾਪ ਜ਼ਰੂਰ ਬਣੂੰਗਾ। ਕਿਆ ਬਾਤ! ਵਾਹ! ਹੁਣ ਇਸ ਵੇਲੇ ਪਤਾ ਹੀ ਨਹੀਂ ਕਿੰਨੇ ਹੀਰੋ ਦਾ ਬਾਪ, ਇਕੱਲੇ ਗਿੱਪੀ ਦੇ ਬਾਪ ਕਿੰਨੀ ਵਾਰੀ ਬਣ ਚੁੱਕੇ ਹਾਂ। ਸਾਡੀ ਪਿੱਛੇ 'ਚ ਗੱਲ ਹੋਈ ਸੀ ਗਿੱਪੀ ਦੀ ਫਿਲਮ ਦੀ ਪ੍ਰਮੋਸ਼ਨ 'ਤੇ, ਗਿੱਪੀ ਨਾਲ ਪਿਆਰ ਬਹੁਤ ਹੈ ਉੱਥੇ, ਫਿਰ
ਮੇਰੇ ਮੂੰਹ ਇਹ ਵੀ ਨਿਕਲਿਆ ਕਿ ਗਿੱਪੀ ਦੀ ਸਕਰੀਨ 'ਤੇ ਵੀ ਮੈਂ ਬਾਪ ਹਾਂ, ਅਸਲ ਜ਼ਿੰਦਗੀ 'ਤੇ ਵੀ ਬਾਪਾਂ ਵਰਗਾ ਹੀ ਹਾਂ। ਉਹ ਮੈਨੂੰ ਬਹੁਤ ਰਿਗਾਰਡ ਦਿੰਦਾ, ਬਹੁਤ ਫਿਰ ਬਹੁਤ ਕਲੈਪਿੰਗ ਹੋਈ। ਗਿੱਪੀ ਵੀ ਅੱਖਾਂ ਜੀਆਂ ਸਲਾਬੀਆਂ ਹੋ ਗਈਆਂ ਮੇਰੀਆਂ ਵੀ, ਹੈਂ ਪਿਆਰ ਬਣਿਆ ਬਹੁਤ ਦੇਰ ਦਾ। ਸੁਹੀਦਾ ਜਿਹੜਾ ਬੜਕ ਮਾਰ ਕੇ ਕਿਸੇ ਨੂੰ ਬੁਲਾਉਣਾ, ਜਿਹੜਾ ਤੁਹਾਡੇ ਕਿਰਦਾਰ 'ਚ ਹਮੇਸ਼ਾ ਝਲਕਦਾ, ਮੈਨੂੰ ਨਾ ਕੋਲ ਬੈਠੇ ਨਾ ਇਹੀ ਥੋੜ੍ਹਾ ਦਿਲ ਕਰ ਰਿਹਾ ਕਿ ਸੁਣਨੇ ਦਾ ਬੜਕ ਮਾਰ ਕੇ ਮੈਨੂੰ ਬੁਲਾ ਕੇ ਦਿਖਾਇਓ। ਇੱਦੋ ਮੇਰੇ ਕੋਲ ਬੈਠਣਾ ਕਿ ਨਹੀਂ ਬੈਠਣਾ, ਹੈ ਬੈਠੇਗਾ ਫਿਰ ਐਵੇਂ ਹੱਸਣਾ ਬੰਦ ਕਰ ਦੇਗਾ, ਫਿਰ ਜ਼ਿਆਦਾ ਘੁਰਿਆ ਤਾਂ ਹੋ ਗਿਆ। ਬੰਦਾ 2 ਮਿੰਟ ਬਸ ਜਿਹੜਾ ਡਰ ਹੀ ਜਾਵੇ ਸੱਚੀ, ਜਿਵੇਂ ਹੁਣ ਮੈਂ ਡਰ ਗਿਆ ਸੀ। ਗ੍ਰੇਟ ਗ੍ਰੇਟ ਸੋਹੀ ਸਾਹਿਬ, ਇੱਕ ਨਾ ਕਹਿੰਦੇ ਨੇ ਨਾ ਕਿ ਨਾ ਸਿਆਣੇ ਬੰਦੇ ਨੇ ਨਾ, ਮਤਲਬ ਕਿ ਜਿਵੇਂ ਅਸੀਂ ਬਜ਼ੁਰਗਾਂ ਕੋਲ ਬਹਿੰਦੇ ਹੁੰਦੇ ਹਾਂ ਨਾ, ਮੇਰੇ ਵਰਗੀ ਉਮਰ ਦੇ ਨੌਜਵਾਨ ਕਹਿੰਦੇ ਨੇ, ਕਹਿੰਦੇ ਬਜ਼ੁਰਗਾਂ ਕੋਲ ਨਾ ਬਹਿਣਾ ਚਾਹੀਦਾ। ਬਿਲਕੁਲ, ਸੋਹਬਤ ਬਹੁਤ ਅਸਰ ਛੱਡਦੀ ਹੈ। ਹਾਂ, ਜਿਹੜੀ ਬਜ਼ੁਰਗੀ ਦੀ ਸੋਹਬਤ ਹੈ ਨਾ, ਕਈ ਵਾਰੀ ਤੁਸੀਂ ਲਾਇਬ੍ਰੇਰੀਆਂ ਦੇ ਵਿੱਚ ਵੀ ਉਹਨਾਂ ਕੁਛ ਨਹੀਂ ਹੁੰਦਾ ਜਿੰਨਾ ਬਜ਼ੁਰਗ ਅੰਦਰ ਲਈ ਬੈਠੇ ਹੁੰਦੇ ਨੇ, ਉਹਨਾਂ ਦੀ ਸੋਹਬਤ ਬਹੁਤ ਕੁਛ ਸਿਖਾਉਂਦੀ ਹੈ। ਮੈਂ ਇੱਕ ਵਾਰੀ ਇਸੇ ਤਰ੍ਹਾਂ ਹੀ, ਮੈਨੂੰ ਕਈ ਕਈ ਪਤਾ ਹੀ ਨਹੀਂ ਸੋਹਬਤ ਕੀ ਹੁੰਦੀ ਹੈ ਜਾਂ ਕਈ ਲਫ਼ਜ਼ਾਂ ਦੇ ਮਾਨੇ ਨਹੀਂ ਆਉਂਦੇ ਹੁੰਦੇ। ਮੈਨੂੰ ਇੱਕ ਮੁੰਡੇ ਦਾ ਫੋਨ ਆਇਆ, ਸਰ ਤੁਸੀਂ ਬਹੁਤ ਵਧੀਆ ਐਕਟਰ ਹੋ। ਮੈਂ ਕਿਹਾ ਥੈਂਕ ਯੂ, ਪਹਿਲੀ ਵਾਰੀ ਫੋਨ ਆਇਆ ਉਹਦਾ। ਸਰ ਤੁਸੀਂ ਮੈਨੂੰ ਐਕਟਿੰਗ ਸਿਖਾ ਸਕਦੇ ਹੋ, ਮੈਂ ਤੁਹਾਡੇ ਕੋਲ ਸਿੱਖਣ ਆ ਸਕਦਾ। ਮੈਂ ਕਿਹਾ ਨਹੀਂ, ਆਈ ਐਮ ਟੂ ਬਿਜ਼ੀ, ਮੈਂ ਇਹ ਤਾਂ ਨਹੀਂ ਕੰਮ ਕਰ ਸਕਦਾ। ਮੈਂ ਕਿਹਾ ਵੀ ਤੂੰ ਜਦੋਂ ਪਤਾ ਹੀ ਆ ਤੂੰ ਮੇਰੇ ਨੇੜੇ ਤੇੜੇ ਹੀ ਰਹਿਣਾ, ਕਦੇ ਆ ਜਾਇਆ ਕਰ, ਸੰਗਤ ਸੁੰਗਤ ਕਰਿਆ ਕਰ, ਸੰਗਤ ਦਾ ਬਹੁਤ ਅਸਰ ਹੁੰਦਾ। ਕਹਿੰਦਾ ਜੀ ਸੰਗਤ ਤਾਂ ਮੈਂ ਹਰ ਰੋਜ਼ ਕਰਦਾ। ਮੈਂ ਕਿਹਾ ਕਿਵੇਂ? ਕਹਿੰਦਾ ਮੈਂ ਗੁਰਦੁਆਰਾ ਸਾਹਿਬ ਜਾਣਾ। ਮੈਂ ਕਿਹਾ ਗੁਰਦੁਆਰਾ ਸਾਹਿਬ ਜਾਣਾ ਬਹੁਤ ਅੱਛੀ ਗੱਲ ਹੈ, ਪਰ ਮੈਂ ਜਿਹੜੀ ਸੰਗਤ ਕਹਿੰਦਾ ਸੀ ਤੇਰੇ ਪੱਲੇ ਹੀ ਨਹੀਂ ਪਈ, ਇਸ ਕਰਕੇ ਤੂੰ ਐਕਟਰ ਬਣਨ ਦੇ ਲਾਇਕ ਨਹੀਂ ਹੈਗਾ। ਜਿਹਨੂੰ ਇੰਨੇ ਕੁ ਲਫ਼ਜ਼ ਨਹੀਂ ਆਉਂਦੇ, ਕਿ ਆਰਟ ਦੇ ਖੇਤਰ 'ਚ ਸੰਗਤ ਜਗ੍ਹਾ ਜਗ੍ਹਾ ਯੂਜ਼ ਹੁੰਦੀ ਹੈ। ਗਾਇਕੀ 'ਚ, ਹਾਂਜੀ ਤਬਲੇ 'ਤੇ ਸੰਗਤ ਕੌਣ ਕਰ ਰਿਹਾ? ਉਹ ਸੰਗਤ ਹੈ। ਸਾਥ ਕੌਣ ਦੇ ਰਿਹਾ? ਹਾਰਮੋਨੀਅਮ 'ਤੇ ਸੰਗਤ ਕੌਣ ਕਰ ਰਿਹਾ? ਉਹ ਮੁੜ ਕੇ ਦੱਸੀ ਨਹੀਂ ਕਦੇ, ਹਾਂ ਦੌੜ ਗਿਆ। ਇੰਨੀ ਗੱਲ ਨਹੀਂ ਚੱਲ ਸਕਿਆ। ਮੈਂ ਕਿਹਾ ਭਰਾਵਾ, ਅਸੀਂ ਘਰੋਂ ਇਹ ਮੱਥ ਕੇ, ਘਰੋਂ ਮਾਪਿਆਂ ਦੀ ਇਹ ਸਿੱਖਿਆ ਕਿ ਪਿਓ ਬਹੁਤ ਵੱਡਾ ਗੁਰੂ ਹੁੰਦਾ, ਗੁਰੂ ਪਿਓਾਂ ਵਰਗੇ ਹੁੰਦੇ ਆ, ਅਤੇ ਜੇ ਤੁਹਾਨੂੰ ਫਾਦਰਲੀ ਰਿਸਪੈਕਟ ਗੁਰੂ ਨੂੰ ਨਹੀਂ ਦੇਣੀ ਆਉਂਦੀ, ਜੇ ਬਾਪ ਕੰਨ ਖਿੱਚਦਾ ਤਾਂ ਗੁਰੂ ਨੂੰ ਵੀ ਪੂਰਾ ਅਧਿਕਾਰ ਹੁੰਦਾ ਕੰਨ ਖਿੱਚਣ ਦਾ, ਤੁਹਾਡੇ ਛਿੱਤਰ ਫੇਰਨ ਦਾ, ਕੰਨ ਮਰੋੜ ਮਰੋੜ ਕੇ। ਮੈਂ ਛੋਟਾ ਸੀ, ਮੈਨੂੰ ਗੁਲਜ਼ਾਰ ਸਾਹਿਬ ਦੇ ਸੀਰੀਅਲ ਮਿਰਜ਼ਾ ਗਾਲਿਬ 'ਚ ਰੋਲ ਕਰਨਾ ਇਸੇ ਕਰਕੇ ਮਿਲਿਆ ਕਿ ਮੇਰੇ ਪਾਪਾ ਉਰਦੂ ਫਾਰਸੀ ਪੜ੍ਹੇ ਸੀ। ਮੇਰਾ ਡਿਕਸ਼ਨ ਜਦੋਂ ਗਲਤ ਹੁੰਦਾ ਸੀ, ਉਹ ਤਾਂ ਉਹ ਗਲਤ ਨੂੰ ਗਲਤ ਕਹਿਣਾ ਜਾਣਦੇ ਸੀਗੇ ਅਤੇ ਕੰਨ ਮਰੋੜਨੇ ਵੀ ਜਾਣਦੇ ਸੀ। ਉਰਦੂ ਮੈਂ ਲਿਖਣਾ ਪੜ੍ਹਨਾ ਨਹੀਂ ਸਿੱਖ ਸਕਿਆ, ਪਰ ਮੇਰੀ ਜ਼ਬਾਨ ਦੀ ਜਿਹੜੀ ਰਵਾਨਗੀ ਹੈ ਉਹ ਬਹੁਤ ਸੁਧਾਰੀ ਮੇਰੇ ਪਾਪਾ ਨੇ। ਉਹ ਉਰਦੂ ਫਾਰਸੀ ਪੜ੍ਹੇ ਹੋਏ ਸੀਗੇ, ਟੋਕਦੇ ਸੀ ਜਿੱਥੇ ਗਲਤ ਬੋਲਦੇ ਹੋ। ਹੁਣ ਇੱਥੇ ਕਈ ਹੁਣ ਇਹੋ ਜਿਹੇ, ਇੱਕ ਮੁੰਡਾ ਸਾਡੇ ਕੋਲ ਆਇਆ ਅੰਮ੍ਰਿਤਸਰ ਵੱਲ ਦਾ, ਅਸੀਂ ਉਦੋਂ ਮੇਰਾ ਖਿਆਲ ਉਹ ਮੇਰਾ ਥੀਏਟਰ 'ਚ ਲਾਸਟ ਸ਼ੋਅ ਸੀਗਾ, ਅਸੀਂ ਜਾਣਾ ਸੀ ਕੁਰੂਕਸ਼ੇਤਰ ਪਲੇਅ ਕਰਨ ਵਾਸਤੇ, ਹਿੰਦ ਦਾ ਪੀਰ। ਉਹ ਆਇਆ ਮੇਰੇ, ਉਹ ਸਤਿ ਸ਼੍ਰੀ ਅਕਾਲ ਭਾ, ਆਇਆ ਸਤਿ ਸ਼੍ਰੀ ਅਕਾਲ, ਮੈਂ ਐਕਟਰ ਬਣ ਆਇਆ। ਮੈਂ ਕਿਹਾ ਠੀਕ ਹੈ, ਐਕਟਰ ਤਾਂ ਬਣ ਸਕਦਾ, ਕੋਈ ਐਡੀ ਗੱਲ ਨਹੀਂ ਹੁੰਦੀ, ਪਰ ਤੇਰੀ ਭਾਸ਼ਾ 'ਤੇ ਕੀ ਕਰਾਂਗੇ, ਕਿਉਂ ਜਿੱਦਾਂ ਕਹੋਗੇ ਜੀ ਬੋਲ ਦਿਆਂਗੇ। ਮੈਂ ਕਿਹਾ ਨਹੀਂ, ਇਹ
ਹਰ ਤਰ੍ਹਾਂ ਦੀ ਭਾਸ਼ਾ ਬੋਲਣੀ ਪੈਂਦੀ ਹੈ। ਤੁਹਾਡੇ ਵਾਲੀ ਮੈਂ ਬੋਲ ਲੈਂਦਾ, ਤੁਸੀਂ ਮਲਵਈ ਨਹੀਂ ਬੋਲ ਸਕਣੀ ਹੈ। ਪਲੱਸ ਅਸੀਂ ਕਰ ਰਹੇ ਹਿੰਦ ਦਾ ਪੀਰ, ਇਹਦੇ 'ਚ ਉਰਦੂ ਦੇ ਲਫ਼ਜ਼ ਹੁੰਦੇ ਬੜੀ ਬੋਲੇ ਜਾਣੇ, ਉਹ ਸਿਖਾ ਦਿਓ ਫਿਰ ਤੈਨੂੰ। ਮੈਂ ਕਿਹਾ ਠੀਕ ਹੈ ਕੋਈ ਗੱਲ ਨਹੀਂ। ਮੈਂ ਹਰਪਾਲ ਟਵਾਣਾ ਜੀ ਮੇਰੇ ਗੁਰੂ, ਉਹਨਾਂ ਨੂੰ ਕਿਹਾ ਜਿਵੇਂ ਇਹ ਮੁੰਡਾ ਬਹੁਤ ਇਹ ਫਾਇਰ ਤਾਂ ਲਈ ਫਿਰਦਾ ਅੰਦਰ, ਪਰ ਮੁਸ਼ਕਿਲ ਲੱਗਦਾ। ਕਹਿੰਦੇ ਐਂ ਕਰ ਵੇ ਬੇਟਾ, ਇਹਨੂੰ ਇੱਕ ਦਰਬਾਨ ਦਾ ਰੋਲ ਦੇਤੇ। ਅੱਛਾ, ਉਹਨੂੰ ਉਰਦੂ ਦੇ ਉਹ ਹਜ਼ੂਰੇ ਆਲਾ ਸ਼ਹਿਨਸ਼ਾਹ ਅਕਬਰ ਤਸ਼ਰੀਫ ਫਰਮਾ ਰਹੇ ਹੈ, ਇਹੋ ਜਿਹੇ ਲਫ਼ਜ਼ ਹੁੰਦੇ। ਉਹਨੂੰ ਜ਼ੈਡ ਜ਼ ਬੋਲਣਾ ਹੀ ਨਹੀਂ ਸੀ ਆਉਂਦਾ, ਹਜ਼ੂਰ ਨਹੀਂ ਸੀ ਕਿਹੜਾ ਆਉਂਦਾ। ਮੈਂ ਉਹਨੂੰ ਕਿਹਾ ਕਾਕਾ ਗੱਲ ਸੁਣ, ਤੂੰ ਜਦੋਂ ਨਾ ਆਵੇ ਹਜ਼ੂਰ ਆ ਰਹੇ ਹੈ, ਉਹ ਦਰਬਾਰ ਨੇ ਕਰਨਾ ਸੀ, ਉਹਨੂੰ ਨਹੀਂ ਆਵੇ ਅਤੇ ਮੈਂ ਕਿਹਾ ਤੂੰ ਬਚਪਨ 'ਚ ਜਦੋਂ ਉੱਪਰ ਦੀ ਜਹਾਜ਼ ਲੰਘਦਾ ਸੀ ਉਦੋਂ ਬੱਚੇ ਕਰਦੇ ਨੇ, ਮੈਂ ਕਿਹਾ ਤੂੰ ਜਦੋਂ ਮੈਂ ਤੈਨੂੰ ਦੇਖਾਂ ਤੂੰ ਇਹੀ ਇਹੀ ਕਰਦਾ। ਫਿਰ 5-7 ਦਿਨਾਂ ਬਾਅਦ ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਤੇਰਾ ਉਹ ਠੀਕ ਹੋ ਗਿਆ? ਕਹਿੰਦਾ ਹਾਂਜੀ ਹਾਂਜੀ। ਉਹ ਮੈਂ ਕਿਹਾ ਖਸਮਾ ਇੱਥੇ ਹਾਂਜੀ ਨਹੀਂ, ਇੱਥੇ ਹਾਂਜੀ ਹੈ। ਉਹ ਕਹਿੰਦਾ ਜੀ ਮੈਂ ਬੰਨੇ ਹੱਥ, ਮੇਰੇ ਕੋਲੋਂ ਐਕਟ ਨਹੀਂ ਹੋਣੀ, ਮੈਨੂੰ ਮੈਂ ਕਿੱਥੇ ਜੱਜ ਦੇ ਪੈਰ ਬਿੰਦੀ ਲਾਉਣੀ ਹੈ, ਕਿੱਥੇ ਨਹੀਂ ਲਾਉਣੀ ਹੈ, ਸਿੱਖਣ ਨੂੰ ਕਿੰਨਾ ਟਾਈਮ ਲੱਗੂਗਾ। ਉਹ ਚਲਾ ਛੱਡ ਕੇ ਚਲਾ ਗਿਆ। ਐਂਡ ਸੋ ਲੰਬੇ ਪੈਂਡੇ ਆ, ਹਾਂ ਲੰਬੇ ਪੈਂਡੇ। ਐਂਡ ਸੋਹੀ ਸਾਹਿਬ ਇੱਕ ਚੀਜ਼ ਮੈਨੂੰ ਹੋਰ ਦੱਸੋ, ਜਿਹੜੀ ਚੀਜ਼ ਮੈਂ ਮਤਲਬ ਕਿ ਮੇਰਾ ਦਿਲ ਕਰਦਾ ਹੈ ਕਿ ਹੈ ਨਾ ਵੀ ਪੁੱਛੀ ਜਾਵੇ, ਵੀ ਜਿਵੇਂ ਹਰ ਇਨਸਾਨ ਨੂੰ ਸਿਖਾਇਆ ਜਾਂਦਾ ਕਿ ਤੁਸੀਂ ਬਜ਼ੁਰਗਾਂ ਦਾ ਰਿਗਾਰਡ ਕਰਨਾ, ਉਹਨਾਂ ਦਾ ਸਨਮਾਨ ਕਰਨਾ, ਉਹਨਾਂ ਦਾ ਯੂ ਨੋ ਸਤਿਕਾਰ ਕਰਨਾ। ਇੰਡਸਟਰੀ ਕਰਦੀ ਹੈ ਬਜ਼ੁਰਗਾਂ ਦਾ ਸਤਿਕਾਰ, ਵੀ ਤੁਹਾਨੂੰ ਲੱਗਦਾ ਕਿ ਜਿਹੜੇ ਅੱਜ ਦੇ ਕਲਾਕਾਰ ਨੇ ਉਹ ਤੁਹਾਨੂੰ ਸਮਝ ਪਾਉਂਦੇ ਨੇ, ਜਾਂ ਜਿੱਦਾਂ ਦਾ ਸਤਿਕਾਰ ਤੁਸੀਂ ਡਿਜ਼ਰਵ ਕਰਦੇ ਹੋ, ਭਾਵੇਂ ਸਤਿਕਾਰ ਪੈਸੇ ਪੱਖੋਂ ਲੈ ਕੇ ਹੋਵੇ, ਭਾਵੇਂ ਸਤਿਕਾਰ ਕੰਮ ਪੱਖੋਂ ਲੈ ਕੇ ਹੋਵੇ? ਮੇਰਾ ਪੈਸੇ ਪੱਖੋਂ ਨਹੀਂ ਹੋਇਆ। ਮੈਨੂੰ ਅੱਜ ਮੇਰੇ ਹਾਣੀ ਚਿੱਟੀਆਂ ਦਾੜੀਆਂ ਵਾਲੇ ਜਾਂ ਮੇਰੇ ਨੂੰ 1-2 ਸਾਲ ਵੱਡੇ ਬੰਦੇ ਵੀ ਕਿਰਪਾ ਉੱਪਰ ਵਾਲੇ ਦੀ ਗੋਡੀ ਹੱਥ ਲਾਉਂਦੇ ਆ। ਇਟ ਮੀਨਸ ਅਗਰ ਤੁਸੀਂ ਕਲਾਕਾਰ ਵਧੀਆ ਹੋ, ਨਾਲ ਥੋੜ੍ਹੇ ਬਹੁਤ ਇਨਸਾਨ ਵੀ ਅੱਛੇ ਹੋ, ਲਾਜ਼ਮੀ ਹੈ ਤੁਹਾਨੂੰ ਇੱਜ਼ਤ ਖੁੱਲ੍ਹ ਕੇ ਮਿਲੂ, ਬਹੁਤ ਜ਼ਿਆਦਾ ਇੱਜ਼ਤ ਮਿਲੂ, ਨਾਲ ਲੋਕ ਝੁੱਕ ਝੁੱਕ ਸਲਾਮਾਂ ਕਰਨਗੇ। ਅਗਰ ਤੁਹਾਨੂੰ ਇੱਜ਼ਤ ਹਦਮ ਨਹੀਂ ਆਉਂਦੀ ਜਾਂ ਇੱਜ਼ਤ ਲੈਣੀ ਨਹੀਂ ਆਉਂਦੀ, ਫਿਰ ਉਹਨਾਂ ਦਾ ਕੋਈ ਕਸੂਰ ਨਹੀਂ, ਕਸੂਰ ਤੁਹਾਡਾ ਹੈ। ਕਿਆ ਬਾਤ ਹੈ, ਸੋ ਆਨੇ ਦੀ ਇੱਕ ਗੱਲ ਨਹੀਂ ਸੋਹੀ ਸਾਹਿਬ, ਮੈਨੂੰ ਇੱਦਾਂ ਕਰਦਾ, ਮੈਨੂੰ ਇੱਦਾਂ ਲੱਗਦਾ ਕਿ ਨਾ ਤੁਹਾਡੇ ਨਾਲ ਜਦੋਂ ਵੀ ਮਿਲਦਾ ਨਾ, ਇੱਕ ਨਾ ਮੈਨੂੰ ਨਾ ਦਾਦੇ ਵਰਗੀ ਜਾਂ ਬਾਪੂ ਵਰਗੀ ਬਾਈ ਬਣੇ, ਜਿਹਦੇ ਬਾਪੂ ਜੀ ਨਹੀਂ ਹੁੰਦੇ ਪਿੰਡਾਂ 'ਚ, ਹੈ ਨਾ, ਆਰਾਮ ਨਾਲ ਸੱਥਾਂ 'ਤੇ ਬਹਿ ਕੇ ਲੱਤ ਦੇ ਉੱਤੇ ਲੱਤ ਰੱਖ ਕੇ। ਹਾਂ, ਤੇਰੇ ਦਾਦੇ ਵਰਗੀ ਵੀ ਉਮਰ ਹੈ ਮੇਰੀ, ਪਰ ਇਹ ਬੜਾ ਪਿਆਰ ਹੈ ਸੋਹੀ ਸਾਹਿਬ। ਮਾਲਕ ਸੁੱਖ ਰੱਖੇ ਤੁਹਾਡੀ ਉਮਰ, ਤੁਹਾਡਾ ਕੰਮ ਇੰਨਾ ਬੋਲੇ, ਇੰਨਾ ਹਮੇਸ਼ਾ ਬੋਲਦਾ ਵੀ ਆਇਆ ਕਿ ਸਾਡਾ ਪੰਜਾਬ ਦਾ ਸਿਨੇਮਾ ਸਾਰਾ ਬੜਾ ਮਾਣ ਕਰਦਾ। ਜਦੋਂ ਤੁਸੀਂ ਕੋਈ ਵੀ ਫਿਲਮ ਲੈ ਕੇ ਆਉਂਦੇ ਨਾ, ਕੰਮ ਕਰਦੇ ਹੋ, ਤੁਸੀਂ ਹੋ ਗਏ, ਬੀਜੀ ਹੋਰੀ ਹੋ ਗਏ, ਸਾਡਾ ਪੰਜਾਬ ਦਾ ਸਿਨੇਮਾ ਹਮੇਸ਼ਾ ਤੁਹਾਡੇ ਅੱਗੇ ਸਿਰ ਝੁੱਕਦਾ ਆ ਵੀ ਜਦੋਂ ਸਾਡੇ ਕੋਲ ਇੱਦਾਂ ਦੇ ਤੁਰਿੰਦਰ ਕਲਾਕਾਰ ਬੈਠੇ ਆ। ਸ਼ੁਕਰੀਆ ਬਹੁਤ, ਮਾਲਕ ਸੁੱਖ ਰੱਖੇ, ਅੱਗੇ ਹੋਰ ਲੰਮੀਆਂ ਮੁਲਾਕਾਤਾਂ ਕਰਦੇ ਰਹਾਂਗੇ, ਪਰ ਹੁਣ ਨਹੀਂ, ਮੈਂ ਤੁਹਾਨੂੰ ਘੇਰਨਾ, ਤੁਸੀਂ ਅੱਕ ਜਾਣਾ। ਧੰਨਵਾਦ ਸੋਹੀ ਸਾਹਿਬ, ਲਵਲੀ ਸੋ।